ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਦੋਸਤੋ ਆ ਜੀ ਖਜੂਰ ਨੂੰ ਦੇ ਰਹੇ ਅਸੀਂ ਨਰ ਨਾਰੀ ਕਹਿੰਦੇ ਨਾ ਸਭ ਇਹਨੂੰ ਹਾਂਜੀ ਇਹਦੇ ਨਾਲ ਖਜੂਰਾਂ ਦੀਆਂ ਬੜੀਆਂ ਸਾਫ ਸੁਥਰੀਆਂ ਸੋਹਣੀਆਂ ਗਿਟਕ ਵਾਲੀਆਂ ਉਹ ਲੱਗਦੀਆਂ ਬੰਦੀਆਂ ਪੱਕਦੀਆਂ ਬੜੀਆਂ ਸੋਹਣੀਆਂ ਅਗਰ ਇਹ ਨਰ ਨਾ ਦਿੱਤਾ ਜਾਏ ਤੇ ਫਿਰ ਉਹ ਜੋਟੇ ਜੋਟੇ ਜੇ ਤੇ ਬਗੈਰ ਗਿਟਕ ਤੋਂ ਤੇ ਖਾਣ ਵਾਲੀਆਂ ਨਹੀਂ ਹੁੰਦੀਆਂ ਇਹਦਾ ਕੀ ਤਰੀਕਾ ਕਾਰ ਆ ਕਿਸ ਤਰ੍ਹਾਂ ਦਿੱਤਾ ਜਾਂਦਾ ਕਿਸ ਮੌਸਮ ਚ ਦਿੱਤਾ ਜਾਂਦਾ ਕਿੰਨੇ ਕੁ ਸ਼ੁਗੂਫੇ ਨਿਕਲੇ ਹੋਣ ਤੇ ਫਿਰ ਦਿੱਤਾ ਜਾਂਦਾ ਇਸ ਸਾਰੀ ਡਿਟੇਲ ਉਹ ਉੱਤੇ ਬੈਠੇ ਨੇ ਹਾਈ ਸਾਭਾਜੀ ਖਰਸ਼ੀਦ ਠੀਕ ਹੈ ਇਹ 사우ਦੀਆ ਰਬ ਇਹੇ ਕੰਮ ਕਰਦੇ ਆਏ ਆ ਮਜ਼ਰਿਆਂ ਚ ਤੇ ਬੜੇ ਐਕਸਪਰਟ ਬੜਾ ਤਜਰਬਾ ਹੈ ਇਹਨਾਂ ਦਾ ਮੈਂ ਇਨਸ਼ਾਅੱਲਾ ਤੁਹਾਨੂੰ ਕਰੀਬ ਤੋਂ ਦਿਖਾਵਾਂਗਾ ਕਿਸ ਤਰ੍ਹਾਂ ਬੰਦੇ ਬਏ ਨਾਰ ਕਿੱਥੋਂ ਲੈ ਕੇ ਆਏ ਕਿਸ ਤਰ੍ਹਾਂ ਦਾ ਨਾਰ ਆ ਤੇ ਇਹਨੂੰ ਬਨਨ ਦਾ ਤਰੀਕਾ ਕਰ ਕੀ ਆ ਸਾਰੀ ਤਫਸੀਲ ਇਨਸ਼ਾਅੱਲਾ ਪੂਰੀ ਵੀਡੀਓ ਤੁਹਾਨੂੰ ਦੱਸਾਂਗਾ ਸਾਰੀ ਵੀਡੀਓ ਦੇਖਿਓ ਗਰਨਰਲ ਮੈਂ ਇਨਸ਼ਾਅੱਲਾ ਤੁਹਾਨੂੰ ਕਰੀਬ ਤੋਂ ਦਿਖਾਉਣਾ ਹੈ ਕੀ ਹਿਸਾਬ ਦੇ ਆਇਓ ਹਾਂਜੀ ਨਰ ਕਿਹੜਾ ਦਿਖਾਓ ਜ਼ਰਾ ਨਰ ਆਇਆ ਜੀ ਆਹ ਨਰ ਆ ਇਹ ਤੋਂ ਬਗੈਰ ਜਿਹੜੀ ਆ ਖਜੂਰ ਕਿਸੇ ਕੰਮ ਦੀ ਨਹੀਂ ਇਹ ਨਰ ਦੇਾਂਗੇ ਤੇ ਦੋ ਦੋ ਜਿਹੜੀਆਂ ਆ ਉਹ ਫਿਰ ਇੱਕ ਇੱਕ ਰਹਿ ਜਾਏਗੀ ਮੋਟੀ ਵੀ ਹੋਏਗੀ ਔਰ ਪੱਕੇਗੀ ਵੀ ਜੇ ਅਗਰ ਦੋ ਦੋ ਰਹਿ ਗਈਆਂ ਤਾਂ ਇਹ ਪੱਕੇਗੀ ਵੀ ਨਹੀਂ ਤੇ ਮੋਟੀ ਵੀ ਨਹੀਂ ਹੋਏਗੀ ਇਹ ਨਰ ਦੇਣਾ ਜ਼ਰੂਰੀ ਆ ਆਹ ਸਰ ਕਿੰਨੇ ਦਿਨਾਂ ਬਾਅਦ ਤੋੜਿਆ ਨਰ ਤੁਸੀਂ ਇਹ ਤਕਰੀਬਨ ਇਹਨੂੰ ਪੱਕੇ ਨੂੰ ਤੋੜੀਦਾ ਤੋੜ ਕੇ ਫਿਰ ਥੈਲੇ 'ਚ ਰੱਖ ਕੇ ਸਕਾਈਦਾ ਆ ਸਕਾ ਕੇ ਫਿਰ ਇਹਨੂੰ ਜਦੋਂ ਖੱਜੀ ਫੱਟਦੀ ਆ ਤਾਂ ਫਿਰ ਇਹਨੂੰ ਦਈਦਾ ਆ ਸਹੀ ਤੇ ਬਾਕੀ ਇਹ ਦੇਣਾ ਜ਼ਰੂਰੀ ਆ ਇਹ ਐਦਕੀ ਤੂੰ ਦਵਾਇਆ ਤੇ ਦੇਖੀ ਇਹਦਾ ਮਜ਼ਾ ਕੈਸਾ ਖਜੂਰਾਂ ਇਨਸ਼ਾਅੱਲਾ ਪੱਕੇਗੀ ਸਹੀ ਹਾਂ ਐਸਾ ਪਹਿਲੇ ਸਾਊਦੀ ਅਰਬ ਕਿੰਨਾ ਚਿਰ ਕੰਮ ਕੀਤਾ ਸਾਊਦੀਆ ਸਾਊਦੀਆ ਦਾ ਮੈਂ 8-9 ਸਾਲ ਕੀਤਾ ਇਸੇ ਹੀ ਕੀਤਾ ਜਾ ਕੇ ਉੱਥੇ ਬਾਗ ਦੇ ਵਿੱਚੀ ਸਾਰਾ ਮੈਨੂੰ ਪਤਾ ਆ ਕਿ ਨਰ ਪੱਕਾ ਆ ਜਾਂ ਕੱਚਾ ਆ ਜਿਵੇਂ ਵੀ ਆ ਤੇ ਇਹ ਮੈਂ ਆਪਣੀ ਮਰਜ਼ੀ ਦੇ ਨਾਲ ਹੀ ਤੋੜ ਕੇ ਲਿਆਣ ਕੇ ਇਹਨੂੰ ਸਖਾਇਆ ਅੱਛਾ ਕਈ ਲੋਕ ਕਹਿੰਦੇ ਨੇ ਕਿ ਨਹੀਂ ਕੋਈ ਨਹੀਂ ਖੈਰ ਸਲਾ ਲਾ ਕੇ ਨਰ ਹੋਵੇ ਤੇ ਜਨਵਰੀ ਪਚਾ ਦਿੰਦੇ ਨੇ ਜਾਂ ਤਾਂ ਗੁਜ਼ਰੀਆ ਮੱਖੀ ਭਾਂਜ ਦਿੰਦੀ ਉਹ ਮੱਖੀ ਲੈ ਜਾਂਦੀ ਬਾਕੀ ਉਹ ਚਸ ਨਹੀਂ ਹੁੰਦੀ ਜਿਹੜੀ ਬੂਰ ਦਿੱਤਾ ਜਾਂਦਾ ਆਪ ਠੀਕ ਹੁਣ ਆਪ ਦਿੱਤਾ ਆ ਇਹਦੇ ਨੂੰ ਮੱਖੀ ਜਾਵੇ ਜਾਂ ਨਾ ਜਾਵੇ ਉਹ ਕੋਈ ਮਸਲਾ ਨਹੀਂ ਇਹਨੂੰ ਇਹਨਾਂ ਪੂਰਾ ਅਸਰ ਹੋ ਜਾਏਗਾ ਹਾਂ ਸਰ ਜਦ ਬੰਨੇ ਤੁਸੀਂ ਕਿੰਨੀ دیر ਬਾਅਦ ਖੋਲਣੇ ਇਹ ਤਕਰੀਬਨ 15-20 ਦਿਨਾਂ ਤੋਂ ਬਾਅਦ ਖੋਲਣੇ ਆ ਖੋਲੇ ਜਾਣਗੇ ਆਪਣੇ ਆਪ ਤਾਂ ਵੀ ਠੀਕ ਆ ਜੇ ਨਹੀਂ ਤਾਂ ਫੇਰ ਖੋਲਣੇ ਪੈਣੇ ਆ ਤੇ ਕੋਈ ਸਪਰੇ ਹੁਣ ਵਾਸਤੇ ਕੋਈ ਸਪਰੇ ਨਹੀਂ ਕੋਈ ਸ਼ੈ ਨਹੀਂ ਕਰਨੀ ਇਹਨੂੰ ਅੱਛਾ ਹਾਂ ਸੰਘਣੀ ਹੋਵੇ ਤਾਂ ਫੇਰ ਵਿਰਲੀ ਕਰਨੀ ਪੈਂਦੀ ਹੁੰਦੀ ਆ ਤਕਰੀਬਨ ਜਦੋਂ ਭਰ ਦਿੱਤਾ ਜਾਵੇ ਫੇਰ ਜਦੋਂ ਤਕਰੀਬਨ ਬੇਰ ਜਿਹੀ ਜੜੀ ਹੋ ਜਾਂਦੀ ਆ ਫੇਰ ਸੰਘਣੀ ਹੋਵੇ ਵਿਰਲੀ ਕਰਨੀ ਪੈਂਦੀ ਕਿ ਮੋਟੀ ਹੋ ਜਾਵੇ ਹੋਰ ਇਹਨੂੰ ਕੋਈ ਰੌਲਾ ਨਹੀਂ ਸਪਰੇ ਕੋਈ ਨਹੀਂ ਠੀਕ ਜੀ ਔਰ ਕੀ ਗੱਲਬਾਤ ਆਪਣੇ ਦੋਸਤਾਂ ਨੂੰ ਕੀ ਸੁਣਾ ਚਾਹੁੰਦੇ ਜਿਨ੍ਹਾਂ ਨੇ ਖਜੂਰਾਂ ਲਾਈਆਂ ਕੀ ਕਰਨੇ ਜੂਰਾਂ ਲਾਈਆਂ ਅਗਰ ਮੇਰੇ ਨਾਲੇ ਰਾਬਤਾ ਕਰ ਸਕਦੇ ਆ ਜੇ ਅਗਰ ਨੇੜੇ țeੜੇ ਹੋਣਗੇ ਤੇ ਆਪਾਂ ਇਨਸ਼ਾਅੱਲਾ ਬਰ ਵੀ ਦੇ ਸਕਦੇ ਆ ਸਭ ਕੁਝ ਕਰ ਸਕਦੇ ਆ ਆਪਣਾ ਨੰਬਰ ਦੇ ਦਿਓ ਕਿਸੇ ਨੂੰ ਗੱਲ ਪੁੱਛਣੀ ਹੋਵੇ ਤਾਂ ਪੁੱਛ ਲੈ ਆ ਨੰਬਰ ਲੈ ਲੈਣ 0304 8322 860 ਇਹ ਮੇਰਾ ਨੰਬਰ ਆ ਹਾਜੀ ਖਰਸ਼ੀਦ ਮੇਰਾ ਨਾਮ 29 ਫਰੀਦ ਦੇ ਰਹਿਣ ਵਾਲਾ ਤੇ ਅਗਰ ਰਾਬਤਾ ਕਰਨਾ ਤਾਂ ਕਰਕੇ ਤੇ ਮੈਨੂੰ ਕੰਮ ਕਰਦੇ ਆਂ ਜੀ ਆਪਾਂ ਕਿਸੇ ਦੋਸਤ ਨੇ ਕੋਈ مشورہ ਲੈਣਾ ਖਜੂਰਾਂ ਦੇ ਮਤਲਬ ਤੇ ਪੁੱਛ ਸਕਦੇ ਨੇ ਹਾਂ ਪੁੱਛ ਸਕਦੇ ਬਿਲਕੁਲ ਹਾਂ ਦੱਸਾਂਗੇ ਇਨਸ਼ਾਅੱਲਾ ਠੀਕ ਹੈ ਸਾਹਿਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਠੀਕ ਹੈ ਜੀ ਓਕੇ